ਹਲਕਾ ਮਜੀਠਾ ਦੇ ਪਿੰਡ ਗੋਪਾਲਪੁਰਾ ਦੇ ਬਾਵਾ ਲਾਲ ਜੀ ਦੇ ਮੰਦਰ ਦੇ ਪੁਜਾਰੀ ਦੀ 10 ਅਣਪਛਾਤੇ ਵਿਅਕਤੀਆਂ ਨੂੰ ਕਤਲ ਕਰ ਕੁਝ ਨਕਦੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਤਿਲ ਪਿਛਲੀ ਰਾਤ ਕਰੀਬ 11 ਵਜੇ ਮੰਦਿਰ ਦੀ ਕੰਧ ਟੱਪ ਕੇ ਮੰਦਿਰ 'ਚ ਦਾਖਲ ਹੋਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਮੰਦਿਰ ਦੇ ਬਰਾਂਡੇ 'ਚ ਸੁੱਤੇ ਪੰਡਿਤ ਤੇ ਉਸਦੀ ਪਤਨੀ ਨੂੰ ਜਗਾਇਆ ਅਤੇ ਪੈਸਿਆਂ ਦੀ ਮੰਗ ਕੀਤੀ। ਜਦੋਂ ਪੰਡਿਤ ਨੇ ਕੁਝ ਨਾ ਦੱਸਿਆ ਤਾਂ ਲੁਟੇਰਿਆਂ ਨੇ ਉਸਦਾ ਗਲਾ ਘੋਟ ਕੇ ਉਸਨੂੰ ਮਾਰ ਦਿੱਤਾ ਅਤੇ ਉਸਦੀ ਪਤਨੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਮੰਦਿਰ ਵਿੱਚ ਦਾਖਲ ਹੋਏ ਅਤੇ ਮੰਦਿਰ ਵਿੱਚ ਪਈ ਚੜਾਵਾ ਦੀ ਪੇਟੀ ਅਤੇ ਮੰਦਿਰ 'ਚ ਪਏ ਨਕਦੀ ਲੈ ਕੇ ਫਰਾਰ ਹੋ ਗਏ। ਅਸੀਂ ਤਾਂ ਸੁੱਤੇ ਪਏ ਬੇਟਾ, ਟੀਵੀ ਦੇਖ ਕੇ ਆਏ 10 ਵਜੇ, ਕਿਸ਼ਨਾ ਟੀਵੀ ਬੰਦ ਕਰਿਓ, ਫਿਰ ਹਮ ਆ ਕੇ ਸੋ ਗਏ। ਤੋ 12 ਵਜੇ ਕੇ ਵਿੱਚ ਕੇ 1 ਵਜੇ ਆਏ ਉਹ ਬੰਦੇ, ਮੁੰਡੇ 10 ਵਾਰ ਹੈ। ਤੋ ਇਹ ਤਾਂ ਖਤਮ ਕਰ ਦਈਏ ਹਾਂ ਤੇ ਕਿਆ 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 ਮਾਰਾ ਕਿਆ ਇਨਕੋ ਮੈਨੇ ਨਹੀਂ ਦੇਖਿਆ ਨਾ। ਅੱਛਾ, ਮੈਂ ਤੀਨਨ ਕੀ ਮੰਜੀ ਬਰਾਇਆ ਫਿਰ ਮੈਂ। ਜਦੋਂ ਮੇਰੇ ਖੇਚਣ ਲੱਗੇ ਆ ਕੇ ਬਾਹਰ ਫੁੱਟੇ ਬੜੀ ਤੇਜ਼, ਮੈਂ ਕਹਿ ਰਹੀ ਮੈਨੂੰ ਕੌਣ ਹੈ ਵੇ, ਮੈਂ ਪੰਡੇ ਜੀ ਜੇ ਮੈਨੂੰ ਛੇੜ ਰਹੇ, ਪੰਡੇ ਜੀ ਜਨ ਕਰੇ ਤਾਂ ਮੈਂ ਪਹਿਲੇ ਹੀ ਖਤਮ ਕਰ ਦਿਆ। ਫਿਰ ਉਹਨਾਂ ਨੇ ਮੈਨੂੰ ਡੰਡਾਂ 'ਤੇ ਕੁੱਟਿਆ, ਸਾਰੇ ਲੀਲ ਪੈਰੇ ਕਮਰੇ ਵਾਹ ਕਾਨ ਕੇ ਵੀ ਲੈ ਗਏ, ਨੱਕ ਕੇ ਵੀ ਲੈ ਗਏ, ਸਭਰਾ ਤਾਰੇ ਤੋਰੇ ਸਭ ਲੈ ਗਏ ਕੇਸ। ਫਿਰ ਪਤਾ ਨਹੀਂ ਤਾਂ ਖਤਮ ਕਰੇ, ਮੈਨੂੰ ਵੀ ਖਤਮ ਕਰ, ਜੇ ਮੇਰੇ ਬੰਦਾ ਮਾਰ ਦੇ ਤਾਂ ਮੈਨੂੰ ਵੀ ਖਤਮ ਕਰ ਦਿਓ। ਫਿਰ ਹਮ ਬੜਾ ਬੋਲ ਰਹੇ ਪੰਜਾਬੀ ਮੈਂ, ਮੈਨੂੰ ਨਾ ਸਮਝ ਲੱਗ ਰਹੀ। ਕਿਤਨੇ ਆਦਮੀ? 10 12 ਜਣੇ। ਉਨਕੇ ਪਾਸ ਕਿਆ ਕਿਆ ਥਾ ਹਥਿਆਰ? ਕਿਆ ਕਿਆ ਥੇ ਹਥਿਆਰ? ਹੈ ਉਨ ਪੇ ਤਲਵਾਰ ਹੈ, ਡੰਡਾ ਹੈ, ਔਰ ਛੋਟੇ ਛੋਟੇ ਚੱਕੂ ਸੇ ਐਸੇ ਲੰਬੇ ਲੰਬੇ ਛੁਰਾ ਸੇ, ਬੜਾ ਹਥਿਆਰ ਹੈ ਉਨ ਪੇ ਪੂਰਾ। ਤੋ ਔਰ ਕਿਆ ਕਿਆ ਲੈ ਗਏ? ਬੜਾ ਕੁਛ ਲੈ ਗਏ, ਹਮਨੇ ਤਾਂ ਦੇਖਿਆ ਇਨਾ ਸਬਰਾਂ ਦੇ ਲੈ ਗਏ, ਕੈਸੇ ਲੈ ਗਏ ਲਗਾੜ ਕੇ। ਕੈਸੇ ਆਏ ਥੇ? ਗਾੜੀ ਗੁੜੀ ਮੋਟਰਸਾਈਕਲ ਕੇ ਕੁਛ ਵੀ ਨਾ ਦੇਖ ਪਾਏ। ਫਿਰ ਮੈਂ ਇੱਥੇ ਕੁੱਟਿਆ ਖੂਬ, ਲੀਲ ਪੈਰੇ ਸਾਰੇ ਨੇ ਦੇਖੇ। ਉਨਕੀ ਉਮਰ ਕਿਤਨੀ ਥੀ ਪਤਾ ਕੁਛ ਅੰਦਾਜ਼ਾ? ਇਹ ਕਾਕਾ ਖੜੇ ਹੋਏ ਸੀਗੇ ਸਬਰੀ ਉਮਰ ਅਨਕੇ, ਹਲਕੀ ਹਲਕੀ ਉਮਰ ਅਨਕੇ, ਸਰਦਾਰ ਉਹ ਮੌਨ ਆਏ ਸਾਰੇ। ਅਬ ਕਿਆ ਮੰਗ ਕਰ ਰਹੇ ਹੋ ਆਪ ਪੁਲਿਸ ਸੇ ਔਰ ਸਰਕਾਰ ਸੇ ਕਿਆ ਚਾਹਤੇ ਹੋ ਆਪ? ਮੈਂ ਇਹੀ ਚਾਹੂੰ ਮੇਰਾ ਬੰਦਾ ਕਿ ਬਟਕੀ ਮੈਂ ਕੋਈ ਐਸਾ ਹੀ ਖੂਨ ਮਿਲਾ ਉਨਕੋ, ਜਬ ਪਤਾ ਲੱਗਾ ਮੈਂ ਜੈਸਾ ਮੇਰਾ ਬੰਦਾ ਗਾਇਆ। ਫਿਰ ਉਹਨਾਂ ਨੇ ਮੇਰੇ ਹੱਥ ਬਾਂਧੇ ਪਿੱਛੇ, ਦੋਨੋਂ ਪਾਮ ਬਾਂਧੇ, ਮੂੰਹ ਬਾਂਧੇ, ਫਿਰ ਅੰਦਰ ਕਬਰਾਂ ਬੰਦ ਕਰਕੇ ਗਏ, ਬਾਹਰ ਤੇ ਕੁੰਦੀ ਮਾਰ ਗਏ। ਕਿਸਨੇ ਨਿਕਾਲਾ, ਕਿਸਨੇ ਆਪਕੋ? ਫਿਰ ਹਮ ਪੂਰੀ ਰਾਤ ਰੋਏ ਵਾ ਮੈਂ, ਪਰੇ ਪਰੇ ਬਹੁ ਉੱਚੇ ਉੱਚੇ। ਫਿਰ ਵਿਚਾਰਾ ਕੋਈ ਸਵੇ ਆਇਆ, ਕੋਈ ਦੁੱਧ ਦੇਣ ਜਾ ਰਿਹਾ ਸਾਈਕਲ ਵਾਰ, ਉਸਨੇ ਮੇਰੀ ਆਵਾਜ਼ ਸੁਣ ਕੇ ਤਾਂ ਵਿਚਾਰਾ ਬਹੁਤ ਬਜਰਾ ਕਿ ਉਮਰ ਬਾ ਕਾਫੀ ਵਾ, ਕਿ ਵਿਚਾਰਾ ਬੇਟਾ ਮੈਂ ਕਹਾਂ ਕਰਾਂ, ਮੈਨੂੰ ਬਾਪੂ ਕੰਧ ਟੱਪ ਕੇ ਆ ਜਾ, ਬਾਪੂ ਮਾਰੀ ਜਾਨ ਬਚਾ। ਉਹ ਵਿਚਾਰੋ ਆਇਆ ਕੰਧ ਟੱਪ ਕੇ। ਹਾਂ ਕੌਣ ਤਾ ਹੈ ਕੋਈ ਇੱਕ ਔਰ ਪੱਠੇ ਪਾਵੇ ਜੋ। ਕਿੰਨੇ ਵਜੇ ਦਾ ਸਮੇਂ ਥਾ ਜਬ ਇਹ ਵਾਰਦਾਤ? 12 ਇੱਕ ਘੰਟੇ ਜ਼ਿਆਦਾ ਨਾ। ਫਿਰ ਹਮ ਉਹ ਬਾਂਧ ਕੇ ਗੇਰ ਗਏ, ਉਸਕੋ ਵੀ ਬਾਂਧ ਗਏ ਅੰਦਰ। ਫਿਰ ਉਹਨੇ ਸੁਬਹ ਮੈਂ ਖੁਦ ਖੋਲੇ, ਜਬ ਮੈਂ ਭੱਕੇ ਲੈ ਕਰਕੇ ਆਈ ਹਾਂ, ਇਹ ਕੁਛ ਹੋ ਬਾਓ ਜਾਓ। ਔਰ ਕੁਛ ਜੋ ਸੀਸੀਟੀਵੀ ਕੈਮਰੇ ਲਗੇ ਥੇ ਵੋ ਵੀ ਲੈ ਗਏ? ਵੋ ਵੀ ਲੈ ਗਏ, ਤੋੜ ਕੇ ਸਾਰਾ ਕੁਛ ਲੈ ਗਏ ਬੇਟਾ। ਮੋਬਾਈਲੋਂ ਕੀ ਸਿਮ ਨਿਕਾਲ ਗਏ? ਮੋਬਾਈਲ ਨਾ ਫੇਂਕ ਗਏ, ਸਿਮ ਨਾ ਲੈ ਗਏ, ਕੜ ਕੜ ਗਏ। ਕਿਤਨੀ ਦੇਰ ਯਹਾਂ ਪੇ ਰਹੇ? ਕਮ ਤੇ ਕਮ 3 ਘੰਟਾ ਰੁਕੇ, ਕਾਫੀ ਸਮੇਂ ਰਹੇ ਬੇਟਾ। ਪੁਲਿਸ ਕਿਤੇ ਵੀ ਗਸ਼ਤ ਨਹੀਂ ਹੋ ਰਹੀ ਥੀ ਰਾਤ ਨੂੰ? ਕੁਛ ਵੀ ਨਹੀਂ, ਲੋਕਡਾਊਨ ਰਹਤਾ ਹੈ। ਰਾਤ ਮੈਂ ਕੌਣ ਕਰਾ, ਉਹ ਚਾਰੋ ਲੰਕਾ ਕੁਛ ਬਾਤ ਔਰ ਸਮਝ ਆਈ ਉਸਕੀ ਉਨਕੀ ਕਿਉਂ ਨਾ ਆਈ? ਚਾਰੋ ਲੰਕਾ ਤਾਂ ਮੰਜੀ ਪੇ ਖੇਲ ਲਈ ਮੈਂ, ਪੇਟ ਮੈਂ ਬੜੀ ਮੁੱਕੀ ਮਾਰੀ ਹੈ, ਇੱਥੇ ਮਾਰੀ, ਇੱਥੇ ਲੀਲ ਪਰੇ ਮੇਰੇ, ਦੇਖੋ ਕਾਹਰ ਬੜਾ ਕੁਝ ਆ ਕਰੇ, ਸਮਝ ਆਈ ਤਾਂ ਚੁੱਪ ਚੁੱਪ ਦੂਰ ਦੂਰ ਕਰੇ, ਫਟਾਫਟ ਹਾਂ ਤੇ ਖੋਲੋ, ਹਾਂ ਤੇ ਖੋਲੋ, ਹਾਂ ਤੇ ਦੇਖੋ, ਹਾਂ ਤੇ ਦੇਖੋ, ਬਸ ਮੂੰਹ ਬਾਂਧੇ ਨਿੱਕਰ ਕੱਛਾ ਪਾਏ, ਬਸ ਟੀ ਸ਼ਰਟ ਕੱਛਾ। ਸਾਨੂੰ ਸਵੇਰੇ 6:30 ਵਜੇ ਇਨਫੋਰਮੇਸ਼ਨ ਮਿਲੀ ਸੀ, ਇੱਥੇ ਬਾਬਾ ਲਾਲ ਜੀ ਦਾ ਮੰਦਰ ਹੈ ਹਾਈਵੇ ਦੇ ਉੱਪਰ ਗੋਪਾਲਪੁਰੇ ਦੇ ਨਜ਼ਦੀਕ, ਉੱਥੇ ਆਪਣੇ ਪੰਡਿਤ ਜੀ ਸੀ, ਕਾਫੀ ਦੇਰ ਤੋਂ ਸੇਵਾ ਕਰਦੇ ਸੀ ਮੋਹਨ ਸ਼ਾਮ ਜੀ। ਉਹਨਾਂ ਨੂੰ ਕੋਈ ਅਨਨੋਨ ਬੰਦੇ ਰਾਤੀ ਆਏ ਨੇ, ਇੱਕ ਤਾਂ ਉਹਨਾਂ ਦਾ ਮਰਡਰ ਕਰਤਾ, ਇੱਕ ਇਹਨਾਂ ਦੇ ਦੱਸਣ ਮੁਤਾਬਕ ਇਹ ਵੀ ਕੁਛ ਪੈਸੇ ਅਤੇ ਕੈਮਰੇ ਦੇ DVR ਵਗੈਰਾ ਵੀ ਲੈ ਗਏ ਨੇ ਉਹ ਨਾਲ ਹੀ।
बाकी स्टेटमेंट लिख के कार्रवाई कर रहे हैं। ड्यूरिंग इन्वेस्टिगेशन जो भी सामने आऊगा तो जरूर शेयर करेंगे। किन्ने बंदे सीगे जी पता लगो? हाँ इन्होंने दसन मुताबक तो 8-10 देने, बाकी कलैरिटी नहीं हैगी क्योंकि वाइफ जी सदमे च है, थोड़ी कलैरिटी लिया के तो उन्होंने कर क्लीयर कर लेने भी किन्ने बंदे से। सर कह सुनना चाहे कि गोपालपुर भी मजम मजम बंदे लैके चोरी करके गए ने कोई? ये बारे मेरी नॉलेज नहीं हाले कोई गल आई, वो देख लेने। हूँ इस वक्त मुढ़ली तफ्तीश की सामने आ रहा? मुढ़ली तफ्तीश तो यही आ रहा भी बंदे अनोन आए ने अपने एग्जिट तो एंट्री पॉइंट उन्होंने पता लग गया किधरों आए ने किधर गए ने, बाकी असी कर रहे हैं तफ्तीश। तो जिस हिसाब से डीवीआर वगैरह या सीसीटीवी कैमरे दे ले गए ने सब कुछ, तो लगता कि पूरी तरह अपराधी छवि रहे इस बारे? ये बारे कुछ एग्जैक्टली तो कह नहीं सकते, बाकी क्लीयर टे आऊगी तो फिर तुम दसांगे। जो सर ये पता लगा वा भी जेडे पंडित जी आ कदों तो किन्ने साल हो गए इत्थे सेवा दे निभा रहे हो? लोगों के दसण मुताबिक तो काफ़ी लंबे समय तो इत्थे कर रहे ने, इन्हां दी फैमिली दे कुछ मैंबर गोपालपुरे मंदिर है उत्थे सेवा करते ने। किस तरह मारिया, किस तरह जी कतल, किस तरह? ये गला कुटिया हथियार मिल गए सर जिन्हां नाल कतल कुतल होए? नहीं गला कुटिया वा, हथियार नहीं कोई यूज होया, कोई इंजरी कोई वगैरह? देखो जी सोसाइटी बारे तो आप कोई भी किसी बारे नहीं कह सकता भी की कर रहा, जे क्राइम करूंगा तो जरूर अभी ट्रेस करांगे। टारगेट जो मर्डर होया सी ते ओ ट्रेस भी किया, बंदे अंदर भी भेज ते, कोई नहीं ये भी ट्रेस होएगा जी। डोंट वरी, थैंक यू। ओके, रिपोर्ट लाइव भारत।